أعوذ بالله من الشيطان الرجيم بسم الله الرحمن الرحيم شروع اللہ کے نام سے جو بڑا مہربان نہایت رحم والا ہے۔ میں دعویٰ دیتا ہوں حمد و نعت کے لیے محترم شاعر اسلام شاعر مشرق جناب محمد امین عارفی صاحب کو، وہ تشریف لائیں اور حمد و نعت پیش کریں۔ اللہ با کدی نظر وچ کچھ وی نہیں، ہمیں شکلوں صورتوں کوئی چند ہووے تے کھوڑی مل نہیں، اس بندے دا رب اگے پاویں قارون دے نالوں دولت مند ہووے تے کلے علم پڑھیا گل بندی پاویں عمر گئی پڑھ دیا لنگ ہووے تے سونے رب نو او بندہ چنگا لگ دے جڑا قرآن سنت دا پابند ہووے۔ اللہ سانو سارے نو قرآن حدیث دا دائی بنا دے، اللہ سانو سارے نو قرآن حدیث تے چلن والا بنا دے۔ اللہ کول منگ بندیاں جتھوں موڑ نہ تھوڑوے، اللہ کول منگ بندیاں جتھوں موڑ نہ تھوڑوے، جڑا پردے کا جلیندہ بندہ عمر دا چور ہووے، جڑا پردے کا جلیندہ بندہ عمر دا چور ہووے، جڑا پردے کا جلیندہ بندہ عمر دا چور ہووے، رب کول کرے توبہ وچ معافی اے مشکل کشا اللہ لوگ دنیا چ کافی اے، اللہ اگے کرے توبہ وچ معافی اے مشکل کشا اللہ لوگ دنیا چ کافی ہے، بھائی مشکل کشائل لا لوگ دنیا چ کافی ہے، توحید بلا گل کوئی نہیں، توحید بلا گل کوئی نہیں، پاویں عزتاں دا زور ہوے جڑا پردے کج لیندا بندہ عمراں دا چور ہوے، جڑا پردے کج لیندا بندہ عمراں دا چور ہوے، اللہ کول منگ بندیا جتھوں موڑ نہ تھوڑوے، جڑا پردے کج لیندا بندہ عمراں دا چور ہوے، قرآن دیاں پڑھیا ایداں وچ شک کوئی نہیں، رب دیاں سجدیاں وچ بندیاں دا حق کوئی نہیں، قرآن دیاں پڑھیا ایداں وچ شک کوئی
ਕੋਈ ਨਹੀਂ ਰੱਬ ਦੇ ਆ ਸਜਦਿਆਂ ਵਿੱਚ ਬੰਦਿਆਂ ਦਾ ਹੱਕ ਕੋਈ ਨਹੀਂ ਬਈ ਰੱਬ ਦੇ ਆ ਸਜਦਿਆਂ ਵਿੱਚ ਬੰਦਿਆਂ ਦਾ ਹੱਕ ਕੋਈ ਨਹੀਂ ਵਲੀ ਪੀਰ ਪੈਗੰਬਰਾਂ ਦਾ ਵਲੀ ਪੀਰ ਪੈਗੰਬਰਾਂ ਦਾ ਭਾਵੇਂ ਰੁਤਬਾ ਹੋਰ ਹੋਵੇ ਜਿਹੜਾ ਫਰਦ ਕੱਜ ਲੈਂਦਾ ਬੰਦਾ ਉਮਰਾਂ ਦਾ ਚੋਰ ਹੋਵੇ ਜਿਹੜਾ ਫਰਦ ਕੱਜ ਲੈਂਦਾ ਬੰਦਾ ਉਮਰਾਂ ਦਾ ਚੋਰ ਹੋਵੇ ਅੱਲਾਹ ਕੋਲ ਮੰਗ ਬੰਦਿਆ ਜਿੱਥੋਂ ਮੋੜ ਨਾ ਥੋੜੋਵੇ ਜਿਹੜਾ ਫਰਦ ਕੱਜ ਲੈਂਦਾ ਬੰਦਾ ਉਮਰਾਂ ਦਾ ਚੋਰ ਹੋਵੇ ਅੱਲਾ ਅੱਗੇ ਕਰ ਸਜਦੇ ਹੋਏ ਸਜਦੇ ਮਨੀ ਵੈ ਦੇ ਅੱਖੀਆਂ ਚੋਂ ਬੈਣ ਥੋਰੋ ਮੁੜ ਐਬ ਕਜੀ ਵੈਂਦੇ ਫਿਰ ਕਹਿ ਦੇ ਸੁਭਾਨ ਅੱਲਾ ਦੁਆ ਕਰਿਆ ਕਰੋ ਅੱਲਾ ਸਾਨੂੰ ਅੱਲਾ ਆਪਣੇ ਅੱਗੇ ਰੋਣ ਦੀ ਤੌਫੀਕ ਦੇਵੇ ਅੱਲਾ ਦੀ ਕਿਸਮ ਜਹਨਮ ਦੀ ਅੱਗ ਨੂੰ ਸਮੁੰਦਰ ਨਹੀਂ ਬੁਝਾ ਸਕਦੇ ਜਹਨਮ ਦੀ ਅੱਗ ਨੂੰ ਦਰਿਆ ਨਹੀਂ ਬੁਝਾ ਸਕਦੇ ਜਹਨਮ ਦੀ ਅੱਗ ਨੂੰ ਨਦੀਆਂ ਕਿਨਾਰੇ ਨਹੀਂ ਬੁਝਾ ਸਕਦੇ ਲੇਕਿਨ ਅੱਲਾ ਦਾ ਕੁਰਾਨ ਆਉਂਦਾ ਅੱਖਾਂ ਦੇ ਅੰਦਰੋਂ ਦੋ ਚਾਰ ਆਂਸੂ ਤੂੰ ਗਿਰਾ ਦੇ ਜਹਨਮ ਦੀ ਅੱਗ ਨੂੰ ਮਠਿਆ ਅਸੀਂ ਕਰਦੇ ਕਿਉਂ ਜੀ ਜਹਨਮ ਦੀ ਅੱਗ ਨੂੰ ਮਠਿਆ ਕਰਨਾ ਚਾਹੁੰਦੇ ਹੋ ਅੱਲਾ ਅੱਗੇ ਜ਼ਿਆਦਾ ਰੋਇਆ ਕਰੋ ਅੱਲਾ ਅੱਗੇ ਜ਼ਿਆਦਾ ਰੋਇਆ ਕਰੋ ਅੱਲਾ ਕੋਲੋਂ ਕਰ ਸਜਦੇ ਅੱਲਾ ਅੱਗੇ ਕਰ ਸਜਦੇ ਓਏ ਸਜਦੇ ਮਨੀ ਵੈਂਦੇ ਅੱਖੀਆਂ ਚੋਂ ਬੈਣ ਥਰੋ ਮੁੜ ਐਬ ਕਜੀ ਵੈਂਦੇ ਅੱਖੀਆਂ ਚੋਂ ਬੈਣ ਥਰੋ ਮੁੜ ਐਬ ਕਜੀ ਵੈਂਦੇ ਉਹਦੀ ਰਹਿਮਤ ਲੁਕਾਉਣ ਡੱਕੇ ਤੇਰੀ ਰਹਿਮਤ ਨੂੰ ਕੌਣ ਡੱਕੇ ਉਹਦੀ ਰਹਿਮਤ ਨੂੰ ਕੌਣ ਡੱਕੇ ਜਿੰਨਾ ਮਰਦੀ ਕੋਈ ਸ਼ਾਹ ਜ਼ੋਰ ਹੋਵੇ ਉਹਦੀ ਰਹਿਮਤ ਨੂੰ ਕੌਣ ਡੱਕੇ ਜਿੰਨਾ ਮਰਦੀ ਕੋਈ ਸ਼ਾਹ ਜ਼ੋਰ ਹੋਵੇ ਜਿਹੜਾ ਪਰਦੇ ਕੱਜ ਲੈਂਦਾ ਬੰਦਾ ਉਮਰਾਂ ਦਾ ਚੋਰ ਹੋਵੇ ਜਿਹੜਾ ਪਰਦੇ ਕੱਜ ਲੈਂਦਾ ਬੰਦਾ ਉਮਰਾਂ ਦਾ ਚੋਰ ਹੋਵੇ ਰੱਬ ਦੇ ਦਰ ਤੇ ਆਇਆ ਕਰ ਦੁਖੜੇ ਉਸਨੂੰ ਸੁਣਾਇਆ ਕਰ ਮੰਗੀਆਂ ਮੁਰਾਦਾਂ ਸੋਹਣੇ ਸੋਹਣੇ ਰੱਬ ਕੋਲ ਪਾਇਆ ਕਰ ਮੰਗੀਆਂ ਮੁਰਾਦਾਂ ਸੋਹਣੇ ਸੋਹਣੇ ਰੱਬ ਕੋਲ ਪਾਇਆ ਕਰ ਉਹਦੇ ਕੋਲ ਮੰਗ ਲੋ ਗੋ ਉਹਦੇ ਕੋਲ ਮੰਗ ਲੋ ਗੋ ਤੁਹਾਨੂੰ ਜਿਹੜੀ ਵੀ ਕੋਈ ਲੋੜ ਹੋਵੇ ਜਿਹੜਾ ਫਰਦੇ ਕੱਜ ਲੈਂਦਾ ਬੰਦਾ ਉਮਰਾਂ ਦਾ ਚੋਰ ਹੋਵੇ ਬਈ ਜਿਹੜਾ ਫਰਦੇ ਕੱਜ ਲੈਂਦਾ ਬੰਦਾ ਉਮਰਾਂ ਦਾ ਚੋਰ ਹੋਵੇ ਅੱਲਾ ਕੋਲ ਮੰਗ ਬੰਦਿਆ ਜਿੱਥੋਂ ਮੋੜ ਨਾ ਥੋੜੋਵੇ ਜਿਹੜਾ ਪਰਦੇ ਕੱਜ ਲੈਂਦਾ ਬੰਦਾ ਉਮਰਾਂ ਦਾ ਚੋਰ ਹੋਵੇ ਕਹਿੰਦੇ ਸੁਭਾਨ ਅੱਲਾ ਉਹ ਪਰਦੇ ਕੌਣ ਕੱਜਦਾ ਪਰਦੇ ਕੌਣ ਕੱਜਦਾ ਅੱਲਾ ਦੀ ਕਸਮੇ ਸਾਡੇ ਮੁਹੱਲੇ ਦੇ ਵਿੱਚ ਕਿਸੇ ਦਾ ਕੋਈ ਕਸੂਰ ਸਾਹਮਣੇ ਆ ਜਾਏ ਨਾ ਉਦੋਂ ਤੀਕਰ ਬੰਦੇ ਸਾਹ ਹੀ ਨਹੀਂ ਲੈਂਦੇ ਜਦੋਂ ਤੀਕਰ ਦੁਨੀਆ ਦੇ ਸਾਹਮਣੇ ਸ਼ੀਸ਼ਾ ਨਾ ਕਰ ਦੇਣ ਅੱਜ ਕੱਲ੍ਹ ਅੱਲਾ ਦੀ ਮਿਹਰਬਾਨੀ ਨਾਲ ਵਟਸਐਪ ਦਾ ਦੌਰ ਹੈ ਈਮੇਲ ਜੀਮੇਲ ਨੈੱਟ ਦਾ ਦੌਰ ਹੈ ਐਵੇਂ ਕੋਈ ਦੋ ਬੰਦੇ ਲੜਦੇ ਪਏ ਨੇ ਵੀਡੀਓ ਬਣਾ ਕੇ ਨੈੱਟ 'ਤੇ ਸੁੱਟ ਦਿੰਦੇ ਨੇ ਉਹਨੂੰ ਵਿਚਾਰੇ ਨੂੰ ਪਤਾ ਵੀ ਨਹੀਂ ਹੁੰਦਾ ਉਹ ਜਿਹਦੀ ਵੀਡੀਓ ਬਣ ਰਹੀ ਉਹਨੂੰ ਪਤਾ ਵੀ ਨਹੀਂ ਹੁੰਦਾ ਲੇਕਿਨ ਪੂਰੀ ਦੁਨੀਆ ਦਾ ਤਮਾਸ਼ਾ ਬਣ ਜਾਂਦਾ ਹੈ ਮੈਂ ਵੀਡੀਓ ਦੇ ਉੱਤੇ ਇੱਕ ਵੇਖਿਆ ਮੀਆਂ ਬੀਬੀ ਘਰ ਦੇ ਵਿੱਚ ਲੜਦੇ ਪਏ ਨੇ ਕਿਸੇ ਜ਼ਾਲਮ ਨੇ ਉਹਨਾਂ ਦੀ ਵੀਡੀਓ ਬਣਾ ਕੇ ਨੈੱਟ 'ਤੇ ਸੁੱਟ ਦਿੱਤੀ ਹੁਣ ਉਹ ਸਾਰੀ ਦੁਨੀਆ ਵੇਖ ਰਹੀ ਹੈ ਮੀਆਂ ਬੀਬੀ ਦੇ ਅਕਸਰ ਘਰ ਦੇ ਵਿੱਚ ਤਨਾਜ਼ਾ ਪੈ ਜਾਂਦਾ ਸਾਡਾ ਵੀ ਹੋ ਜਾਂਦਾ ਤੁਹਾਡਾ ਵੀ ਹੋ ਜਾਂਦਾ ਲੇਕਿਨ ਇਹਦਾ ਇਹ ਮਤਲਬ ਹੈ ਕਿ ਕੋਈ ਜ਼ਾਲਮ ਦਯੂਸ ਕਿਸਮ ਦਾ ਆਦਮੀ ਖੰਨਾਸ ਕਿਸਮ ਦਾ ਆਦਮੀ ਵੀਡੀਓ ਬਣਾ ਕੇ ਨੈੱਟ 'ਤੇ ਸੁੱਟ ਦੇ
تو اللہ دی قسم ہے اللہ رب العزت دی مہربانی ہے کہ جڑا ساڈی کرتوتاں ساڈے عیب کج کے بیٹھا ہے. عیب کون کجدا ہے؟ اللہ رب العزت کجدا. دعا کریا کرو کہ اللہ پردے پائی رکھے, اللہ پردے پائی رکھے. ہن شان مصطفیٰ صلی اللہ علیہ وسلم تے چند اشعار پڑھ کے اجازت چاہواں گے. گلاں کرو گلاں کرو گلاں کرو گلاں کرو رب دے سونے یار دیاں بیری سانی جے میری سرکار دیاں. نہیں نہیں جملہ بڑا پیارا بولے سبحان اللہ دی آواز مٹھی آئی ہے. جنوں جملہ سمجھ آئے وہ بولے کہ گلاں کرو گلاں کرو گلاں کرو گلاں کرو رب دے سونے یار دیاں بیری سانی جے میری سرکار دیاں بیری سانی جے میری سرکار دیاں بیری سانی جے میری سرکار دیاں. او فلکاں اُتے بدر منیر پہنچے سدا آسماناں جا چیر پہنچے بھائی فلکاں اُتے بدر منیر پہنچے سدا آسماناں جا چیر پہنچے بھائی کیا بندا کیا بندا کیا بندا کیا بندا او دی رفتار دیاں رسانی جے میری سرکار دیاں بھائی رسانی جے میری سرکار دیاں. اوئے بولے جدوں منہ وچوں بولے جدوں منہ وچوں رس گولدا او دی مٹھڑی زبان اُتے رب بولدا او بولے جدوں منہ وچوں بولے جدوں منہ وچوں رس گولدا او دی مٹھڑی زبان اُتے رب بولدا بھائی کیا بندا کیا بندا کیا بندا کیا بندا او دی گفتار دیاں رسانی جے میری سرکار دیاں. اوئے گلاں کرو رب دے سونے یار دیاں رسانی جے میری سرکار دیاں. دائی حلیمہ میرے محبوب لچایا اے کہندی میرے اُتے سونے رب کرم کمایا اے کہندی میرے اُتے سونے رب کرم کمایا اے کیا بات کیا بات کیا بات کیا بات او دی سونی چال دیاں بھائی رسانی جے میری سرکار دیاں بھائی رسانی جے میری سرکار دیاں. چند اشعار بس ایک دو پڑھ کے اجازت چاہواں گے کیونکہ ماشاء اللہ بھائی جان انہوں کا کی نام جڑے عمرے تے جا رہے بھائی عرفان ماشاء اللہ ساری دلی دعا ہے کہ اللہ رب العزت انہوں کا سفر قبول و منظور فرمائے اور اللہ پاک سانو بھی بار بار مکے دے مدینے دیا آدریاں نصیب فرمائے. اللہ دی قسم حقیقت دے اندر مکے دیا گلاں مدینے دیا گلاں پڑھنیاں اور گل ہے سننیاں اور گل ہے لیکن اتھے جا کے نظارہ کرنا اور گل ہے. دعا کرو اللہ سارا لے جائے اللہ سارا لے جائے. تو میں چاہنا بھائی دی ماشاء اللہ بڑی ہی خوشی دی گل ہے تو عمرے تے جا رہے ہیں تو پروگرام کروا رہے ہیں عمرے تے جا رہے ہیں تو پروگرام کروا رہے ہیں چند اشعار نے کہ روح مکے رہندی ہے دل رہندا ہے مدینے وچ دل رہندا ہے مدینے وچ اس لئی تے پیندیاں نے اس لئی تے پیندیاں نے ٹھنڈا میرے سینے وچ رو مکے رہندی ہے دل رہندا ہے مدینے وچ آج جد جاندے نے دل
ਰੋਗ ਦਿਆ ਪਾਰੇ ਦਾ ਅੱਜ ਦੰਦ ਜਾਂਦੇ ਨੇ ਅੱਜ ਦੰਦ ਚੱਲਦੇ ਨੇ ਅੱਜ ਦੰਦ ਜਾਂਦੇ ਦਿਲ ਰੋਗ ਜਿਹਾ ਪਾਰੇ ਦਾ ਸਾਨੂੰ ਵੀ ਬੁਲਾ ਲੈ ਉੱਥੇ ਦਿਲ ਬੜਾ ਕਰਦਾ ਹੁਣ ਬੋਲੋ ਜਿਹੜੇ ਜਿਹੜੇ ਜਾਣਾ ਚਾਹੁੰਦੇ ਹੋ ਸਾਨੂੰ ਵੀ ਬੁਲਾ ਲੈ ਉੱਥੇ ਸਭ ਨੂੰ ਬੁਲਾ ਲੈ ਉੱਥੇ ਸਾਨੂੰ ਵੀ ਬੁਲਾ ਲੈ ਉੱਥੇ ਦਿਲ ਬੜਾ ਕਰਦਾ ਹੋ ਜਾਏ ਮਨਜ਼ੂਰੀ ਮੌਲਾ ਹੋ ਜਾਏ ਮਨਜ਼ੂਰੀ ਮੌਲਾ ਹੋ ਜਾਏ ਮਨਜ਼ੂਰੀ ਮੌਲਾ ਐਸ ਰਮਜ਼ਾਨ ਦੇ ਮਹੀਨੇ ਵਿੱਚ ਰੁਮਕ ਰਹਿੰਦੀ ਏ ਦਿਲ ਰਹਿੰਦਾ ਏ ਮਦੀਨੇ ਵਿੱਚ ਇਸ ਲਈ ਤੇ ਪੈਂਦੀਆਂ ਨੇ ਇਸ ਲਈ ਤੇ ਪੈਂਦੀਆਂ ਨੇ ਠੰਡਾ ਮੇਰੇ ਸੀਨੇ ਵਿੱਚ ਰੁਮਕੇ ਰਹਿੰਦੀ ਏ ਦਿਲ ਰਹਿੰਦਾ ਏ ਮਦੀਨੇ ਵਿੱਚ ਉਹਨਾਂ ਲੋਕਾਂ ਲਈ ਜੁਮਲਾ ਜਿਹੜੇ ਲੋਕ ਉੱਥੇ ਹੱਜ ਜਾਂ ਉਮਰਾ ਕਰਕੇ ਆਏ ਨੇ ਅੱਜ ਵੀ ਨਦਾਰੇ ਆਉਣੇ ਅੱਖਾਂ ਅੱਗੇ ਘੁੰਮਦੇ ਅੱਜ ਵੀ ਨਦਾਰੇ ਆਉਣੇ ਅੱਜ ਵੀ ਪਿਆਰੇ ਆਉਣੇ ਅੱਜ ਵੀ ਨਦਾਰੇ ਆਉਣੇ ਅੱਖਾਂ ਅੱਗੇ ਘੁੰਮਦੇ ਰੱਬ ਦੇ ਨਿਬੰਦੇ ਜਦ ਹਜਰੇ ਅਸਵਦ ਚੁੰਮਦੇ ਰੱਬ ਦੇ ਨਿਬੰਦੇ ਜਦ ਹਜਰੇ ਅਸਵਦ ਚੁੰਮਦੇ ਚੁੰਮ ਚੁੰਮ ਕੇ ਹਜਰੇ ਅਸਵਦ ਚੁੰਮ ਚੁੰਮ ਕੇ ਹਜਰੇ ਅਸਵਦ ਪੈ ਜਾਏ ਠੰਡ ਸੀਨੇ ਵਿੱਚ ਰੁਮਕੇ ਰਹਿੰਦੀ ਏ ਦਿਲ ਰਹਿੰਦਾ ਏ ਮਦੀਨੇ ਵਿੱਚ ਦਿਲ ਰਹਿੰਦਾ ਏ ਮਦੀਨੇ ਵਿੱਚ ਇਸ ਲਈ ਤੇ ਪੈਂਦੀਆਂ ਨੇ ਠੰਡਾ ਮੇਰੇ ਸੀਨੇ ਵਿੱਚ ਰੁਮਕੇ ਰਹਿੰਦੀ ਏ ਦਿਲ ਰਹਿੰਦਾ ਏ ਮਦੀਨੇ ਵਿੱਚ ਅਸਲਾਮ ਅਲੈਕੁਮ।